ਰਜ਼ਿਸਟਰੀਆਂ ਦੇ ਉੱਤੇ ਐਨਓਸੀ ਵਾਲੀ ਸ਼ਰਤ ਪੰਜਾਬ ਸਰਕਾਰ ਹੁਣ ਹਟਾਉਣ ਜਾ ਰਹੀ ਹੈ ਮੁੱਖ ਮੰਤਰੀ ਦੇ ਵੱਲੋਂ ਇਸ ਬਾਬਤ ਫੈਸਲਾ ਲਿੱਤਾ ਗਿਆ ਹਾਈ ਲੈਵਲ ਦੀ ਮੀਟਿੰਗ ਹੋਈ ਕਿ ਖਰੜਾ ਕੀ ਹੋਏਗਾ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਫਾਇਦਾ ਹੋਏਗਾ ਸਮਝਣ ਦੀ ਕੋਸ਼ਿਸ਼ ਕਰਦੇ ਹੈ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾਹੋਰਤ ਜਿੰਪਾਹ ਸਾਹਿਬ ਬੜੀ ਚਰਚਾ ਹੋਈ ਕਿ ਐਨਓਸੀ ਵਾਲੀ ਸ਼ਰਤ ਹੁਣ ਹਟਾ ਦੇਣੀ ਹੈ ਪਹਿਲਾਂ ਤਾਂ ਇਹ ਸਮਝਾਓ ਕਿ ਪਹਿਲਾਂ ਕੀ ਸੀ ਹੁਣ ਜਦੋਂ ਇਹ ਸ਼ਰਤ ਹਟਾ ਦਾਂਗੇ ਆਮ ਲੋਕਾਂ ਨੂੰ ਕੀ ਫਾਇਦਾ ਹੋਏਗਾ ਬਹੁਤ ਬਹੁਤ ਧੰਨਵਾਦ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਇੱਕ ਬਹੁਤ ਵੱਡਾ ਇਸ਼ੂ ਸੀ ਔਰ ਬੜੇ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਇੱਕ ਦਿੱਤੇ ਹਾਈ ਕੋਰਟ ਦੀ ਇੱਕ ਸ਼ਰਤ ਸੀ ਜਿਹੜਾ ਹੈ ਉਹ ਤੋਂ ਐਨਓਸੀ ਜ਼ਰੂਰੀ ਕਰ ਦਿੱਤੀ ਗਈ ਸੀ ਉਹ ਸ਼ਰਤ ਲਈ ਔਰ ਇਨ ਪ੍ਰਿੰਸੀਪਲ ਮੁੱਖ ਮੰਤਰੀ ਜੀ ਨੇ ਉਸ ਸ਼ਰਤ ਨੂੰ ਹਟਾਉਣ ਦਾ ਫੈਸਲਾ ਲੈ ਲਿਆ ਉਹਨਾਂ ਨੇ ਕੱਲ ਜਿਹੜਾ ਹੈਗਾ ਡੇਰਾ ਬੱਸੀ ਦੇ ਵਿੱਚ ਉਹਦੀ ਕੋਸ਼ਿਸ਼ ਨਾ ਕਰਤੀ ਸੀ ਪੰਖਰਪੁਰ ਪਿੰਡ ਦੇ ਵਿੱਚ ਔਰ ਪੰਜਾਬ ਦੇ ਲੋਕਾਂ ਨੇ ਉਸੇ ਵੇਲੇ ਖੁਸ਼ੀ ਦੀ ਲਹਿਰ ਆਈ ਲੇਕਿਨ ਕਿਉਂਕਿ ਹਾਈ ਕੋਰਟ ਦੇ ਰੂਲਾਂ ਦੇ ਮੱਦੇ ਨਜ਼ਰ ਸਾਨੂੰ ਸਾਰੀਆਂ ਚੀਜ਼ਾਂ ਨੂੰ 16 ਹਜ਼ਾਰ ਇਲੈਗਲ ਕਲੋਨੀਆ ਪੰਜਾਬ ਦੇ ਵਿੱਚ ਕੱਟੀਆਂ ਗਈਆਂ ਜਿਦੇ ਵਿੱਚ ਸਾਰੇ ਰਾਜਨੀਤਿਕ ਕਾਮਲੇ ਜਿਹੜਾ ਇਹਨਾਂ ਦਾ ਅਮਲਾ ਸੀ ਪੁਰਾਣਾ ਰਾਜਨੀਤਿਕ ਕਾਜ਼ਮੀਆਂ ਦਾ ਸ਼ਾਮਲ ਰਿਆ ਕਿਉਂ ਰੁਕਦੇ ਨਹੀਂ ਸੀ ਔਰ ਲੋਕਾਂ ਨੂੰ ਨਜਾਇਜ਼ ਹੁੰਦੀ ਸੀ ਨਾ ਲੋਕਾਂ ਨੂੰ ਸੜਕ ਮਿਲਦੀ ਸੀ ਨਾ ਲੋਕਾਂ ਨੂੰ ਸਿਵਰ ਮਿਲਦਾ ਸੀ ਨਾ ਲੋਕਾਂ ਨੂੰ ਲਾਈਟ ਮਿਲਦੀ ਸੀ ਨਾ ਲੋਕਾਂ ਨੂੰ ਪਾਣੀ ਮਿਲਦੀ ਸੀ ਅਗਰ 30 ਫੁੱਟ ਦੀ ਸੜਕ ਕਹੀ ਜਾਂਦੀ ਸੀ ਉਥੇ 15 ਮਿੰਟ ਵਿੱਚ ਮਿਲਦੀ ਸੋ ਇਹ ਸਾਰੇ ਇਸ਼ੂਸ ਸੀਗੇ ਉਹੀ ਕਰਕੇ ਹਾਈ ਕੋਰਟ ਨੇ ਜਿਹੜੀ ਇੱਕ ਐਨੋਸੀ ਸ਼ਰਤ ਰੱਖੀ ਸੀ ਲੇਕਿਨ ਇਨ ਪ੍ਰਿੰਸੀਪਲ ਜਿਹੜਾ ਸੀਐਮ ਸਾਹਿਬ ਦਾ ਫੈਸਲਾ ਬਹੁਤ ਵੱਡਾ ਹੈ ਲੇਕਿਨ ਉਹਦਾ ਖਰੜਾ ਜਿਹੜਾ ਤਿਆਰ ਹੈ ਉਹਨੂੰ ਕਰਨ ਦੇ ਲਈ ਲੋਕਲ ਬਾਡੀ ਅਰਬਨ ਡਿਵੈਲਪਮੈਂਟ ਔਰ ਰੈਵਨਿਊ ਰੜਕੇ ਉੱਤੇ ਕਰ ਦਿੱਤਾ ਅਗਰ ਉਹਦੇ ਤੇ ਸਾਨੂੰ ਕੋਈ ਵਿਧਾਨ ਸਭਾ ਚ ਵੀ ਲੈ ਕੇ ਜਾਣਾ ਪਿਆ ਹੋ ਸਕਦਾ ਲੈ ਜਾਣਾ ਪਵੇ ਇੱਥੇ ਅਫਸਰ ਅ ਤਿਆਰੀ ਕਰ ਰਹੇ ਆ ਔਰ ਜਲਦ ਜਿਹੜਾ ਹੈਗਾ ਇਸ ਸੈਸ਼ਨ ਦੇ ਵਿੱਚ ਜਿਹੜਾ ਹੈਗਾ ਉਹ ਲਿਆ ਕੇ ਉਹਨੂੰ ਐਨਓਸੀ ਤੋਂ ਰਾਹਤ ਲੋਕ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾਏਗੀ ਤੁਸੀਂ ਕਹਿੰਦੇ ਕਿ 16000 ਪੰਜਾਬ ਦੇ ਵਿੱਚ ਇਲੀਗਲ ਕਲੋਨੀਆਂ ਨੇ ਜੀ ਇੱਥੇ ਕਿਤੇ ਸੜਕ ਨਹੀਂ ਬਣ ਸਕਦੀ ਕਿਤੇ ਬਿਜਲੀ ਦਾ ਕਨੈਕਸ਼ਨ ਨਹੀਂ ਲੱਗ ਸਕਦਾ ਕਿਤੇ ਪਾਣੀ ਦਾ ਕਨੈਕਸ਼ਨ ਨਹੀਂ ਲੱਗ ਸਕਦਾ ਕਿ ਐਨਓਸੀ ਦੀ ਸ਼ਰਤ ਤੋਂ ਬਾਅਦ ਹਟਾਣ ਤੋਂ ਬਾਅਦ ਕੀ ਇਹਨਾਂ ਸਾਰਿਆਂ ਨੂੰ ਰਾਹਤ ਮਿਲੇਗੀ ਸੜਕ ਬਣ ਸਕੇਗੀ ਕਿ ਬਿਜਲੀ ਦਾ ਕਨੈਕਸ਼ਨ ਲੱਗ ਸਕੇਗਾ ਦੇਖੋ ਸੀਐਮ ਸਾਹਿਬ ਨੇ ਅੱਜ ਇਹ ਵੀ ਗੱਲ ਕਹੀ ਹੈ ਕਿ ਕੋਈ ਬੰਦਾ ਜਿਹਨੇ ਪਲਾਟ ਲੈ ਲਿਆ ਜਾਂ ਮਕਾਨ ਬਣਾ ਲਿਆ ਉਹ ਹਨੇਰੇ ਚ ਉਹਦਾ ਬੱਚਾ ਕਿਉਂ ਪੜਾ ਛੋਟਾ ਜਾਂ ਘਰ ਆ ਉਹਦਾ ਅੱਛਾ ਸਭ ਤੋਂ ਵੱਡੀ ਗੱਲ ਹੈ ਸੀਐਮ ਸਾਹਿਬ ਨੇ ਇੱਕ ਵਾਰੀ ਗਵਾਜ਼ਬ ਗੱਲ ਕਹੀ ਹੈ ਕਿ ਜਿਹੜੇ ਛੋਟੇ ਛੋਟੇ 5 ਮਰਲੇ ਵਾਲਾ ਘਰ ਬਣਾਇਆ ਉਹਨੇ 8 ਮਰਲੇ ਵਾਲਾ ਉਹ ਗਰੀਬ ਆਦਮੀ ਨੂੰ ਦੋ ਬਲਵ ਜਗਾਣੇ ਆ ਤੇ ਬਿਜਲੀ ਬੋਰਡ ਉਹਨੂੰ ਕਨੈਕਸ਼ਨ ਨਹੀਂ ਦੇ ਰਿਆ ਬਿਜਲੀ ਬੋਰਡ ਕਹਿੰਦਾ ਪਹਿਲਾਂ ਇਹਨੂੰ ਸੋ ਇਹਨਾਂ ਸ਼ਰਤਾਂ ਨੂੰ ਖਤਮ ਕੀਤਾ ਜਾਵੇ ਔਰ ਉਹਨਾਂ ਲੋਕਾਂ ਨੂੰ ਰਾਹਤ ਦਿੱਤੀ ਜਾਵੇ ਫਿਰ ਕੋਈ ਆਦਮੀ ਉਹ ਬੱਚੇ ਉਹਦੇ ਇਹ ਨਾ ਪੜਨ ਰਹਿਣ ਸੋ ਇਹ ਸਾਰੀਆਂ ਚੀਜ਼ਾਂ ਦੇ ਫੈਸਲਾ ਜਿਹੜਾ ਹਾਂਜੀ ਤੁਸੀਂ ਕਹ ਰਹੇ ਹੋ ਬਿਜਲੀ ਦਾ ਕਨੈਕਸ਼ਨ ਲੱਗੇਗਾ ਪਾਣੀ ਮਿਲੇਗਾ ਬਿਜਲੀ ਬਿਜਲੀ ਦਾ ਕਨੈਕਸ਼ਨ ਜਿਹੜਾ ਹੈ ਸੀਐਮ ਸਾਹਿਬ ਨੇ ਡਾਇਰੈਕਸ਼ਨ ਦਿੱਤੀ ਹੈ ਤੇ ਡੈਫੀਨੇਟਲੀ ਇਹ ਲੀਗਲ ਮੈਟਰ ਆ ਜਾਂਦਾ ਨਾ ਵਿੱਚ ਥੋੜਾ ਜਿਹਾ ਤੇ ਉੱਤੇ ਵੀ ਫੈਸਲਾ ਜਿਹੜਾ ਲੈ ਲਿਆ ਗਿਆ ਹੈ ਸੀਐਮ ਸਾਹਿਬ ਵੱਲੋਂ ਔਰ ਇਹਨੂੰ ਆਪਾਂ ਹੁਣ ਜਿਹੜਾ ਇੱਥੇ ਜਿਹੜੀ ਉਚੇਚੀ ਤੌਰ ਦੇ ਉੱਤੇ ਤਿੰਨੋਂ ਡਿਪਾਰਟਮੈਂਟ ਬੈਹਿ ਕੇ ਖਾਸ ਤੌਰ ਤੇ ਲੋਕਲ ਬਾਡੀ ਔਰ ਅਰਬਨ ਦਾ ਫੈਸਲਾ ਸਿਗਾ ਕਿਉਂਕਿ ਐਨਓਸੀ ਉਹਨਾਂ ਨੇ ਜਾਰੀ ਕਰਨੀ ਸੀ ਉਹ ਆਪਣਾ ਖੜਾ ਤਿਆਰ ਕਰਕੇ ਔਰ ਜਿਹੜਾ ਰੈਵਨਿਊ ਡਿਪਾਰਟਮੈਂਟ ਲੋਕੰਦੇ ਰਜਿਸਟਰੀਆਂ ਵੀ ਕਰੇਗਾ ਕਿਉਂਕਿ ਤੁਸੀਂ ਕਹਿਆ 16000 ਇਲੀਗਲ ਕਲੋਨੀਆ ਕਟੀਆਂ ਗਿਆ ਇੰਨਾ ਜਿਨ੍ਹਾਂ ਨੇ ਕਟੀਆਂ ਉਹਨਾਂ ਬਿਲਡਰਾਂ ਤੇ ਕੋਈ ਐਕਸ਼ਨ ਹੋਏਗਾ ਜਾਂ ਫਿਰ ਅੱਗੇ ਤੋਂ ਜਿਹੜਾ ਬਣਾਏਗਾ ਉਹਨਾਂ ਦੇ ਉੱਤੇ ਐਕਸ਼ਨ ਹੋਏਗਾ ਜਾਂ ਬਨਾਨੀ ਦਿੱਤੀ ਜਾਏਗੀ ਦੇਖੋ ਸੀਐਮ ਸਾਹਿਬ ਨੇ ਇੱਕ ਗੱਲ ਕਹੀ ਹੈ ਇਹ ਜਿਹੜੇ ਬਿਲਡਰ ਸੀਗੇ ਇਹ ਆਪ ਕਲੋਨੀਆਂ ਨਹੀਂ ਵੇਚਦੇ ਸੀ ਇਹ ਆਪ ਆਪਣਾ ਸਟਾਰਟ ਕਰਾ ਕੇ ਕਲੋਨੀ ਆਪਣੇ ਕਰਿੰਦਿਆਂ ਦੇ ਨਾਂ ਦੇ ਉੱਤੇ ਵੇਚਦੇ ਰਹੇ ਆ ਇਹਨਾਂ ਨੇ 15-15 20-20 ਬੰਦੇ ਇਦਾਂ ਦੇ ਅੱਗੇ ਕੀਤੇ ਹੁੰਦੇ ਸੀ ਜਾਂ ਜ਼ਿਮੀਂਦਾਰ ਦੇ ਨਾਂ ਤੇ ਵੇਚ ਦਿੰਦੇ ਸੀ ਹੁਣ ਜ਼ਿਮੀਂਦਾਰ ਜੀ ਨੇ ਵੇਚਿਆ ਉਹਦੇ ਤੇ ਅਸੀਂ ਕੋਈ ਕੋਈ ਐਫ ਆਈ ਆਰ ਨਹੀਂ ਕਰ ਸਕਦੇ ਕੁਝ ਨਹੀਂ ਕਰ ਸਕਦੇ ਲੇਕਿਨ ਜਿਹੜੇ ਵੇਚਣ ਵਾਲੇ ਬੰਦੇ ਆ ਅੱਗੇ ਨੂੰ ਉਹਨਾਂ ਦਾ ਨਾਂ ਜਿਹੜਾ ਸਾਹਮਣੇ ਉਹਨਾਂ ਦਾ ਤਿਆਰ ਕਰਕੇ ਡਿਪਾਰਟਮੈਂਟ ਡੈਫੀਨੇਟਲੀ ਆਪੇ ਉਹਨੂੰ ਅੱਗੇ ਨੂੰ ਕੋਈ ਇਦਾਂ ਦੀ ਔਰ ਫਾਈਨ ਬਹੁਤ ਵੱਡਾ ਹੋਏਗਾ ਜਾ ਉਹਦੇ ਖਿਲਾਫ ਕਾਰਵਾਈ ਹੋ ਸਕਦੀ ਹੈ ਇਦਾਂ ਦਾ ਜਿਹੜਾ ਖੜਾ ਤਿਆਰ ਹੋਏਗਾ ਤਾਂ ਕਿ ਇਦਾਂ ਦੀ ਹਿੰਮਤ ਲੋਕਾਂ ਨਾਲ ਧੋਖਾ ਕਰਨ ਦੀ ਲੋਕਾਂ ਨਾਲ ਕਿ ਸਾਰੀ ਜੀਵਨ ਦੀ ਕਮਾਈ ਹਰੇਕ ਆਦਮੀ ਲਾ ਦਿੰਦਾ ਇੱਕ ਛੋਟੇ ਜਿਹੇ ਪਲਾਟ ਦੇ ਇਹ ਵੀ ਇਹ ਵੀ ਮੰਨ ਕੇ ਚੱਲੀਏ ਕਿ ਜਦੋਂ ਇਹ ਕਾਨੂੰਨ ਆ ਜਾਏਗਾ ਜੀ ਕਿਉਂਕਿ ਬਹੁਤ ਐਨਓਸੀ ਮਿਲਦੀ ਨਹੀਂ ਹੈ ਜੀ ਤੇ ਹੁਣ ਪੰਜਾਬ 'ਚ ਇਹ ਬਿਲਕੁਲ ਸ਼ਰਤ ਖਤਮ ਹੋ ਗਈ ਆ ਰਾਮ ਨਾਲ ਰਜਿਸਟਰੀ ਹੋ ਸਕੇਗੀ ਰਾਮ ਨਾਲ ਦਿੱਕਤ ਦਿੱਕਤ ਨਹੀਂ ਆਏਗੀ ਦੇਖੋ ਸੀਐਮ ਸਾਹਿਬ ਨੇ ਕੱਲ ਇਨ ਪ੍ਰਿੰਸੀਪਲੀ ਇਹ ਗੱਲ ਕਰ ਦਿੱਤੀ ਇਹਦਾ ਮਤਲਬ ਹੈ ਇਹਦਾ ਖਾੜਾ ਡਿਪਾਰਟਮੈਂਟ ਜਿਹੜੇ ਦੋਨੋਂ ਡਿਪਾਰਟਮੈਂਟ ਹੈਗੇ ਆ ਨਾਲ ਰੈਵਨਿਊ ਡਿਪਾਰਟਮੈਂਟ ਨੂੰ ਨਾਲ ਲੈ ਲਓਗੇ ਉਹਦੇ ਲਈ ਤਿਆਰੀ ਹੋ ਜਾਏਗੀ ਜਲਦ ਔਰ ਅਗਰ ਉਹਦੇ ਲਈ ਕੋਈ ਕਾਨੂੰਨ ਲਿਆਣਾ ਪਿਆ ਤਾਂ ਵੀ ਲਿਆਵਾਂਗੇ ਕਿਉਂਕਿ ਹਾਈ ਕੋਰਟ ਦੀ پابੰਦੀ ਹੈ ਦੇ ਉੱਤੇ ਵੱਡੀ ਗੱਲ ਇਹ ਹੈ ਕਦੋਂ ਤੱਕ ਕਦੋਂ ਤੱਕ ਇਹ ਇੰਪਲੀਮੈਂਟ ਹੋ ਜਾਏਗਾ ਡੈਫੀਨੇਟਲੀ ਜਲਦ ਤੋਂ ਜਲਦ ਖੜੜਾ ਔਰ ਮੇਰੇ ਖਿਆਲ ਆ ਜਿਹੜਾ ਸਾਡਾ ਕੋਈ ਬਜਟ ਸੈਸ਼ਨ ਆ ਜਾਏਗਾ ਉਹਦੇ ਵਿੱਚ ਅਗਰ ਸਾਨੂੰ ਲਿਆਣਾ ਪਿਆ ਤਾਂ ਜੇ ਉਹਦਾ ਕਰਨਾ ਪਿਆ ਤਾਂ ਉਸ ਤੋਂ ਪਹਿਲਾਂ ਤਿਆਰੀ ਕਰਕੇ ਉਦਾਂ ਹੀ ਹਾਈ ਕੋਰਟ ਦੇ ਵਿੱਚ ਆਪਾਂ ਮੈਟਰ ਸਾਰਾ ਦੱਸ ਕੇ ਪਈਏ ਸੀ ਆ ਜਿਹੜੇ ਬੰਦੇ ਆ ਉਹ ਬਹੁਤ ਸਫਰ ਕਰ ਰਹੇ ਆ ਉਹਦਾ ਦੇ ਦੇਾਂਗੇ ਵੀ ਤੇ ਅਸੀਂ ਲਾ ਲੈ ਕੇ ਆ ਰਹੇ ਹਾਂ ਕਿਸੇ ਨੂੰ ਅਗਲੀ ਨਵੀਂ ਕੋਲੋਡਿੰਗ ਕੱਟਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਦੂਸਰੇ ਵੀ ਪਾਵਰ ਆਫ ਟਰਨੀ ਬਹੁਤ ਸਾਰੇ ਲੋਕ ਕਰਾ ਲੈਂਦੇ ਰਜਿਸਟਰੀਆਂ ਨਹੀਂ ਕਰਾਂਦੇ ਕੇ ਐਨਓਸੀ ਵਾਲੀ ਸ਼ਰਤ ਹਟਣ ਤੋਂ ਬਾਅਦ ਲੋਕ ਰਜਿਸਟਰੀਆਂ ਵੀ ਜਿਹੜਾ ਕਰਵਾਣਗੇ ਰੈਵਨਿਊ ਆਏਗਾ ਔਰ ਜਿਹੜੀ ਕਰਾਪਸ਼ਨ ਹੁੰਦੀ ਹੈ ਵੀ 25000 ਮੰਗੇ ਜਾਂਦੇ ਆ ਜਾਂ ਜ਼ਿਆਦਾ ਮੰਗੇ ਜਾਂਦੇ ਰੁਕੇਗੀ ਤੁਹਾਨੂੰ ਲੱਗਦਾ ਇਸ ਦਿਨ ਦੇਖੋ ਇਹ ਐਨਓਸੀ ਸ਼ਰਤ ਜਿਹੜੀ ਕਰਾਪਸ਼ਨ ਦਾ ਮੈਟਰ ਵੀ ਹੈਗਾ ਇਸੀ ਕਰਕੇ ਸੀਐਮ ਸਾਹਿਬ ਨੇ ਡਾਬਾ ਡਾ ਫੈਸਲਾ ਲਿਆ ਲਗਾਤਾਰ ਲੋਕਾਂ ਦੀਆਂ ਕੰਮਰੇਟਾਂ ਵੀ ਪਹੁੰਚਦੀਆਂ ਇਹਦੇ ਵਿੱਚ ਲੇਕਿਨ ਇਹਦੇ ਵਿੱਚ ਦਿੱਕਤ ਇਹ ਸਗੀ ਕਿ ਅਸੀਂ ਜਿਹੜਾ ਇਹ ਫੈਸਲਾ ਲਿਆ ਉਹਦੇ ਮੁਤਾਬਿਕ ਜਿਹੜੀ ਤੁਸੀਂ ਕਹਿ ਰਹੇ ਹੋ ਲੋਕ ਪਾਵਰ ਆਫ ਟਾਰਨੀ ਲੈ ਲੈਂਦੇ ਉਹਦੇ ਲਈ ਤਾਂ ਆਪਾਂ ਕਾਨੂੰਨ ਲੈ ਕੇ ਆਏ ਹੁਣ ਵੀ ਬਲੱਡ ਰਿਲੇਸ਼ਨ ਤੋਂ ਇਲਾਵਾ ਸਿੱਧੇ ਸਿੱਧੇ ਕੋਈ ਬੰਦਾ ਜਿਹੜਾ ਪਾਵਰ ਆਫ ਟਾਰਨੀ ਅਗਰ ਕਰਦਾ ਉਹਨੂੰ 2% ਦੇਣਾ ਪਏਗਾ ਤਾਂ ਕਿ ਗਵਰਨਮੈਂਟ ਨੂੰ ਰੈਵਨਿਊ ਆਵੇ ਵੱਡੀ ਗੱਲ ਹੈ ਠੀਕ ਹੈ ਅਗਰ ਇਹਦਾ ਰਜਿਸਟਰੀ ਕਰਾਇਆ ਗਿਆ ਤੁਕ 6% ਦਾ 5.5% ਦਾ ਰਜਿਸਟਰੀ ਹੋ ਜਾਂਦੀ ਆ ਤੇ ਉਹ 2% ਨਹੀਂ ਖਰਚੇਗਾ ਐਕਚੁਅਲੀ ਦਾ ਮੰਤਬ ਤਾਂ ਉਹਦਾ ਬਿਜ਼ਨਸ ਇਹਦਾ ਹੈ ਕਿ ਮੈਂ ਆਪਣੇ ਪੈਸੇ ਬਚਾਵਾਂ ਲੇਕਰ ਗਵਰਨਮੈਂਟ ਨੂੰ ਰੈਵਨਿਊ ਚਾਹੀਦਾ ਅੱਜ ਜੇਕਰ ਐਨਓਸੀ ਤੋਂ ਬਾਅਦ ਉਹ ਜਿਹੜਾ ਡਿਵੈਲਪਮੈਂਟ ਚਾਰजेस ਜਿਹੜੇ ਆ ਹੁਣ ਇਹ ਤਾਂ ਬੰਦੇ ਪੈਸੇ ਖਾ ਗਿਆ ਪੁਰਾਣੇ ਰਾਜਨੀਤਿਕ ਆਦਮੀ ਇਹਨੇ ਖਾ ਖੂ ਕੇ ਲੰਬੇ ਹੋ ਕਲੋਨੀਆਂ ਕਢਾ ਕੇ ਲੇਕਿਨ ਆਫਟਰ ਆਲ ਉਹਦੇ ਡਿਵੈਲਪਮੈਂਟ ਦੇ ਲਈ ਤਾਂ ਪੈਸਾ ਸਰਕਾਰ ਨੂੰ ਖਰਚ ਕਰਨਾ ਪਣਾ ਇੱਕ ਇੱਕ ਵੀ ਸਵਾਲ ਹੈ ਕਿ ਜਿਹੜੀ ਐਨਓਸੀ ਵਾਲੀ ਸ਼ਰਤ ਹੈ ਜੀ ਇਹ ਕਮਰਸ਼ੀਅਲ ਪ੍ਰੋਪਰਟੀ ਤੇ ਹੋਏਗੀ ਐਗਰੀਕਲਚਰ ਪ੍ਰੋਪਰਟੀ ਤੇ ਹੋਏਗੀ ਜਾਂ ਆਮ ਘਰ ਜਿਹੜੇ ਬੰਦੇ ਬਣੇ ਆ ਇਲੀਗਲ ਕਲੋਨੀਆ ਨੇ ਉਹਦੇ ਤੇ ਇੰਪਲੀਮੈਂਟ ਹੋਏਗਾ ਕਿ ਐਨਓਸੀ ਦੀ ਸ਼ਰਤ ਹਟਾ ਦਿੱਤੀ ਗਈ ਇਹ ਕਿਹੜੀ ਕਿਹੜੀ ਪ੍ਰੋਪਰਟੀ ਤੇ ਇੰਪਲੀਮੈਂਟ ਹੋਏਗਾ ਦੇਖੋ ਪਹਿਲਾਂ ਜਦੋਂ ਸਟਾਰਟਿੰਗ ਦੇ ਇਸ਼ੂ ਸਿਗਾ ਅਸੀਂ 7000 ਪਿੰਡ ਜਿਹੜੇ ਐਨਓਸੀ ਦੀ ਸ਼ਰਤ ਤੋਂ ਫ੍ਰੀ ਕਰਤੇ ਸੀ ਕਿ ਉੱਥੇ ਕੋਈ ਐਡਾ ਨਾ ਇਸ਼ੂ ਸਿਗਾ ਨਹੀਂ ਉੱਥੇ ਕਿਉਂ ਕਿਸੇ ਨੂੰ ਰੋਕਿਆ ਜਾਵੇ ਦੂਜੀ ਜਿਹੜੀ ਗੱਲ ਤੁਸੀਂ ਕਹੀ ਹੈ ਇਹਦੇ ਵਿੱਚ ਸਿਰਫ ਆਪਾਂ ਜਿਹੜੀ ਚਾਹੇ ਕਮਰਸ਼ੀਅਲ ਪ੍ਰੋਪਰਟੀ ਚਾਹੇ ਰੈ residențial ਪ੍ਰਾਪਰਟੀ ਆ ਸਾਰੇ ਲਈ ਜਿਹੜਾ ਖਾੜਾ ਤਿਆਰ ਹੋਊਗਾ ਉਹਦੇ ਵਿੱਚ ਉਹਨੂੰ ਡਿਵੈਲਪਮੈਂਟ ਦੇ ਮੱਦੇ ਨਜ਼ਰ ਤਾਂ ਕਿ ਲੋਕਾਂ ਨੂੰ ਇੱਕ ਅੱਛਾ ਰੈ residențial ਏਰੀਆ ਔਰ ਅੱਛਾ ਕਾਰੋਬਾਰੀ ਏਰੀਆ ਮਿਲ ਸਕੇ ਉਸ ਸਮਝ ਜਿਹੜਾ ਖਾੜਾ ਤਿਆਰ ਹੋਊਗਾ ਧੰਨਵਾਦ ਐਨਓਸੀ ਵਾਲੀ ਸ਼ਰਤ ਹਟਣ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਰੈਸਟਰੀਆਂ ਹੋ ਸਕਣਗੀਆਂ ਲੋਕਾਂ ਨੂੰ ਫਾਇਦਾ ਮਿਲ ਸਕੇਗਾ ਇਹ ਜਾਣਨ ਦੀ ਸੋਕੇ ਸ਼ਬਦਾਂ ਚ ਕੋਸ਼ਿਸ਼ ਮੰਤਰੀ ਸਾਹਿਬ ਤੋਂ ਕੀਤੀ ਕੈਮਰਾਮੈਨ ਸੁਖਿੰਦਰ ਦੇ ਨਾਲ ਪੰਕਿਕ ਪੈਨ ਨਿਊਜ਼ ਟੀਮ ਚੰਡੀਗੜ੍ਹ